ਅਸਲਾਮ ਅਲੈਕਮ ਜੀ। ਅੱਜ ਅਸੀਂ ਰਵਾਂ ਦਵਾਂ ਜਾ ਰਹੇ ਹਾਂ ਜੀ ਸਰਗੋਧੇ ਪਿੰਡ ਨੱਥੋਕੀ ਅਤੇ ਬਦਰ ਪਾਉਣ। ਮੇਰੇ ਨਾਲ ਨੇ ਸਰਬਜੀਤ ਸਿੰਘ ਅਰੋੜਾ ਸਾਹਿਬ, ਇਹ ਆਏ ਨੇ ਕੈਨੇਡਾ ਤੋਂ, ਅਤੇ ਅਸੀਂ ਹੁਣ ਲੈਲਪੁਰੋਂ ਨਿਕਲ ਕੇ ਅਤੇ ਜਾ ਰਹੇ ਹਾਂ ਸਰਗੋਧੇ ਨੂੰ। ਇਹਨਾਂ ਦਾ ਜੱਦੀ ਪਿੰਡ ਆ, ਇਹਨਾਂ ਦੇ ਫੋਰ ਫਾਦਰਸ ਆ, ਅਤੇ ਇਹਨਾਂ ਦੀ ਬੜੀ ਖੁਆਇਸ਼ ਸੀ ਕਿ ਕਾਫੀ ਸਮੇਂ ਤੋਂ ਕਾਫੀ ਦੇਰ ਤੋਂ ਕਹਿੰਦੇ ਸੀ ਆਪਣਾ ਪਿੰਡ ਵੇਖਣਾ ਅਤੇ ਅੱਜ ਖਾਬ ਪੂਰਾ ਕਰ ਰਿਹਾ। ਕਿਉਂ ਜੀ ਅਰੋੜਾ ਸਾਹਿਬ? ਬਿਲਕੁਲ ਜੀ ਬਿਲਕੁਲ, ਮੈਂ ਇਕੱਲਾ ਨਹੀਂ ਇਹ ਪਿੰਡ ਵੇਖ ਰਿਹਾ, ਮੇਰੇ ਨਾਲ ਮੇਰੇ ਘਰ ਦੇ ਵੱਡੇ ਨੇ, ਮੇਰੇ ਫਾਦਰ ਨੇ, ਮੇਰੇ ਚਾਚੇ ਜੀ ਨੇ, ਉਹ ਸਾਰੇ ਆਪਣਾ ਸ਼ੌਂਕ ਪੂਰਾ ਕਰ ਰਹੇ, ਮੇਰੇ ਨਾਲ ਹੀ ਆਪਣਾ ਸ਼ੌਂਕ ਪੂਰਾ ਕਰ ਰਹੇ ਨੇ ਜੀ। ਸਾਰੇ ਪਿੱਛੋਂ ਮੰਗ ਆਉਂਦੀ ਤਸਵੀਰਾਂ? ਬਿਲਕੁਲ ਜੀ, ਤਸਵੀਰਾਂ ਘੱਲੋ ਜੀ, ਬਿਲਕੁਲ ਇਹ ਫਰਮਾਇਸ਼ ਚੱਲ ਰਹੀ ਹੈ ਜੀ। ਅਤੇ ਅੱਗੇ ਇਹਨਾਂ ਦੇ ਪਿੰਡ ਜਿਹੜਾ ਨੱਥੋਕੀ ਆ, ਉੱਥੇ ਲੋਕ ਇੰਤਜ਼ਾਰ ਕਰ ਰਹੇ ਆ, ਸਵੇਰ ਸੁਬਹਾ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਕਦੋਂ ਤੁਸੀਂ ਪਹੁੰਚਣਾ ਜੀ। ਅਤੇ ਅਸੀਂ ਹੁਣ ਜਾ ਰਹੇ ਹਾਂ ਫੈਸਲਾਬਾਦ ਲੈਲਪੁਰ, ਅਤੇ ਹੁਣ ਅਸੀਂ, ਮੈਂ ਤੁਹਾਨੂੰ ਦੱਸ ਰਿਹਾ ਸਾਂ, ਆ ਕੇ ਜਾ ਰਹੇ ਸਾਂ ਸਰਗੋਧੇ, ਅਤੇ ਰਸਤੇ ਦੇ ਵਿੱਚ ਅੱਗੋਂ ਸਰਦਾਰ ਸਾਹਿਬ ਦੇ ਦਾਦਾ ਜੀ ਦੇ ਜਿਹੜੇ ਦੋਸਤ ਸਨ ਉਹਨਾਂ ਦੇ ਪੋਤੇ ਅੱਗੋਂ ਸਾਨੂੰ ਰਿਸੀਵ ਕਰਨ 'ਚ ਰੋਡ ਤੱਕ ਪਹੁੰਚ ਗਏ, ਅਤੇ ਇਹ ਸਾਡੇ ਨਾਲ ਪਿੱਛੇ ਬੈਠੇ ਨੇ ਭਾਈ ਤਾਹਰ। ਭਾਈ ਤਾਹਰ, ਕੀ ਰਿਲੇਸ਼ਨ ਆਪਣੇ ਸਰਦਾਰ ਹੋਣਾਂ ਦੇ ਦਾਦਾ ਜੀ, ਤੁਹਾਡੇ ਦਾਦਾ ਜੀ ਦਾ? ਸਾਡੇ ਜੀ ਇਹਨਾਂ ਨਾਲ ਪੁਰਾਣੇ ਰਿਲੇਸ਼ਨ, ਸਾਡੇ ਦਾਦਾ ਜੀ ਅਤੇ ਇਹਨਾਂ ਦੇ ਦਾਦਾ ਜੀ ਬਿਲਕੁਲ ਮਤਲਬ ਵਿਰਾਸਤ। ਠੀਕ। ਅਤੇ ਉਹਨਾਂ ਇੱਕ ਦੂਜੇ ਤੋਂ ਬਗੈਰ ਮਤਲਬ ਬੜਾ ਮੁਸ਼ਕਿਲ ਗੁਜ਼ਾਰਾ ਹੁੰਦਾ ਸੀ ਉਸ ਟਾਈਮ ਵੀ, ਇਕੱਠੇ ਰਹਿੰਦੇ ਸਨ, ਅਤੇ ਉਸ ਤੋਂ ਬਾਅਦ ਅਲੈਦਗੀ ਇਸ ਵਾਰ ਕੋਲ ਚਲੇ ਗਏ, ਅਤੇ ਬਾਅਦ ਵਿੱਚ ਜੁਦਾਈਆਂ ਹੋ ਗਈਆਂ। ਕੀ ਨਾਂ ਦਾਦਾ ਜੀ ਦਾ? ਕੀ ਨਾਂ ਤੁਹਾਡੇ ਦਾ? ਦਾਦਾ ਜੀ ਨੇ ਅਲੀ ਅਲੀ ਬਾਮਨਾ ਸੀ। ਅਲੀ? ਠੀਕ ਠੀਕ। ਮੇਰੇ ਦਾਦਾ ਦਾ ਜਿਹੜਾ ਸੀ ਸਰਦਾਰ ਜਵੰਤ ਸਿੰਘ, ਅਤੇ ਉਹ ਦੋਨੋਂ ਬਿਲਕੁਲ ਬਹੁਤ ਨਜ਼ਦੀਕੀ ਰਿਸ਼ਤਾ ਸੀ, ਭਰਾਵਾਂ ਵਾਲਾ ਰਿਸ਼ਤਾ ਸੀ। ਸੋ ਅੱਜ ਅਸੀਂ ਦੋ ਪੁਸ਼ਤਾਂ ਬਾਅਦ ਅਸੀਂ ਫਿਰ ਮਿਲੇ ਹਾਂ, ਅਤੇ ਇਹ ਵੇਖੋ ਜੀ 70 ਸਾਲਾਂ ਬਾਅਦ ਮਿਲਦੇ ਹਾਂ।